ਮੈਂ 3-4 ਦਿਨ ਹੋ ਗਏ ਅਨੰਤਪੁਰ ਸਾਹਿਬ ਗਿਆ ਸੀਗਾ ਉੱਥੇ ਕੁਝ ਪ੍ਰੈਸ ਵਾਲੇ ਆਏ ਸੀ ਸਾਰੇ ਉੱਥੇ ਬੈਠੇ ਸੀ ਹੋਰ ਵੀ ਕਾਫੀ ਰੀਡਰਸ ਸੀ ਤੇ ਪ੍ਰੈਸ ਵੀ ਕਾਫੀ ਸੀ ਉੱਥੇ ਵੈਸੇ ਪ੍ਰੈਸ ਵਾਲਿਆਂ ਨੇ ਮੈਨੂੰ ਪੁੱਛ ਲਿਆ ਕਿ ਜੇ ਆਉਣ ਵਾਲੇ ਸਮੇਂ 'ਚ ਤੁਹਾਡਾ ਕੀ ਹੈਗਾ ਸਮਝੌਤਾ 'ਚ ਕਿਹਦੇ ਨਾਲ ਹੋ ਸਕਦਾ ਤਾਂ ਮੈਂ ਉੱਥੇ ਸਾਫ਼ ਕਿਹਾ ਸੀ ਕਿ ਕਾਂਗਰਸ ਪਾਰਟੀ ਨਾਲ ਕਿਸੇ ਵੀ ਕੀਮਤ 'ਤੇ ਸਾਡਾ ਹੋ ਨਹੀਂ ਸਕਦਾ ਆਮ ਆਦਮੀ ਪਾਰਟੀ ਨਾਲ ਸਾਡੀ ਡਾਇਲੋਜੀ ਨਹੀਂ ਮਿਲਦੀ ਕਾਂਗਰਸ ਪਾਰਟੀ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲ암 ਕੀਤਾ ਇਸ ਕਰਕੇ ਸਾਡਾ ਉਹਨਾਂ ਨਾਲ ਹੋ ਨਹੀਂ ਸਕਦਾ ਉਦੋਂ ਬਾਅਦ ਭਾਰਤੀ ਜਨਤਾ ਪਾਰਟੀ ਨਾਲ ਸਾਡਾ ਚੱਲਿਆ ਪਿਛਲੇ ਲੰਮਾ ਸਮਾਂ ਕਾਫੀ ਚੱਲਿਆ ਕਿਸਾਨੀ ਮਸਲੇ ਤੇ ਸਾਡਾ ਸਮਝੌਤੇ ਦਾ ਫਰਕ ਪਿਆ ਪਰ ਜਿਹੜੀ ਗੱਲ ਅਸੀਂ ਕਹਿੰਦੇ ਸੀ ਬਾਅਦ ਚ ਪ੍ਰਧਾਨ ਮੰਤਰੀ ਜੀ ਨੇ ਉਹ ਗੱਲ ਮੰਨ ਵੀ ਲਈ ਤੇ ਉਹਦੇ ਕਰਕੇ ਫਿਰ ਉਹ ਉਹੀ ਉੱਥੇ ਆ ਕੇ ਗੱਲ ਖੜ ਗਈ ਸੋ ਮੈਂ ਕਹਿਆ ਸੀ ਕਿ ਇੱਥੇ ਵਿਚਾਰਿਆ ਜਾ ਸਕਦਾ ਹੈ ਇਹ ਨਹੀਂ ਮੈਂ ਕਿਹਾ ਸੀ ਕਿ ਅਸੀਂ ਜ਼ਰੂਰ ਹੀ ਭਾਰਤੀ ਜਨਤਾ ਪਾਰਟੀ ਨਾਲ ਜਿਵੇਂ ਕਈ ਆਪਣੇ ਆਪਣੇ ਟੀਵੀ ਵਾਲਿਆਂ ਨੇ ਵੀ ਜਾਂ ਮੀਡੀਆ ਨੇ ਵੀ ਵਿੱਚ ਜਾ ਪ੍ਰੈਸ ਰਿਲੀਜ਼ ਦੇਣ ਦੀ ਕੋਸ਼ਿਸ਼ ਕੀਤੀ ਜਿਵੇਂ ਮੈਂ ਕਹਿੰਦਾ ਹੁਣਾ ਵੀ ਸਾਡਾ ਤਾਂ ਸਰਦਾ ਹੀ ਨਹੀਂ ਭਾਰਤੀ ਜਨਤਾ ਪਾਰਟੀ ਬਿਨਾ ਇਹ ਗੱਲ ਨਹੀਂ ਹੈਗੀ ਸਮਝੌਤਾ ਹਮੇਸ਼ਾ ਹੀ ਸਤਕਾਰ ਨਾਲ ਹੁੰਦਾ ਪਿਆਰ ਨਾਲ ਹੁੰਦਾ ਲਾਇਨ ਮਿਲਦੀ ਹੁੰਦੀ ਹੈ ਜਦੋਂ ਆਪਸੀ ਦੀ ਸਾਰਾ ਤਾਲਮਿਲ ਬੈਠਦਾ ਉਦੋਂ ਹੁੰਦਾ ਤੇ ਹਾਈ ਕਮਾਂਡ ਕਰਦੀ ਹੁੰਦੀ ਹੈ ਪਾਰਟੀ ਪ੍ਰਧਾਨ ਨੂੰ ਸਮਝੌਤਾ ਕਰਨ ਦਾ ਅਧਿਕਾਰ ਹੁੰਦਾ ਜਦ ਪਾਰਟੀ ਦੀ ਜਿਹੜੀ ਹੈਗੀ ਕੋਰ ਕਮੇਟੀ ਉਹਨੂੰ اختیار ਹੁੰਦਾ ਮੇਰੇ ਕੋਲ ਤਾਂ ਕੋਈ اختیار ਵੀ ਨਹੀਂ ਸੀ ਮੈਂ ਕਿਹਾ ਵੀ ਉੱਥੇ ਵੀ ਮੇਰੇ ਕੋਲ ਤਾਂ ਕੋਈ ਸਮਝੌਤੇ ਦਾ اختیار ਨਹੀਂ ਪਰ ਉਸ ਗੱਲ ਨੂੰ ਇੰਨਾ ਚੱਕਿਆ ਪ੍ਰੈਸਰ ਵੀ ਕੁਝ ਕਾਫੀ ਤੋਰ ਮੜੋੜ ਕੇ ਪੇਸ਼ ਕੀਤਾ ਨਾਲ ਭਾਰਤੀ ਜਨਤਾ ਪਾਰਟੀ ਨੇ ਤਾਂ ਐ ਚੱਕਿਆ ਉਹਨੂੰ ਜਿਵੇਂ ਵੀ ਸਾਡਾ ਅਸੀਂ ਉਹਨਾਂ ਦੇ ਮਗਰ ਮਗਰ ਫਿਰਦੇ ਹੁੰਨੇ ਸਮਝੌਤੇ ਦੀ ਖਾਤਰ ਮੈਂ ਅੱਜ ਵੀ ਕਹਿੰਦਾ ਮੈਂ ਉਦੋਂ ਵੀ ਕਿਹਾ ਕਿ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਮਝੌਤਾ ਜੇ ਕਦੇ ਹੁੰਦਾ ਤਾਂ ਇੱਜ਼ਤ ਨਾਲ ਹੁੰਦਾ ਪਿਆਰ ਨਾਲ ਹੁੰਦਾ ਸਤਕਾਰ ਨਾਲ ਹੁੰਦਾ ਲਿਫਕੇ ਕਦੇ ਵੀ ਨਹੀਂ ਹੁੰਦਾ ਇਹ ਵੀ ਮੈਂ ਕਹਿ ਦਿੰਨਾ ਹੈ ਮੈਂ ਉੱਥੇ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ ਹੈ ਪੰਜਾਬ ਦੇ ਵਿੱਚ ਕਦੇ ਵੀ ਭਾਰਤੀ ਜਨਤਾ ਪਾਰਟੀ ਵੱਡੇ ਭਰਾ ਦੀ ਭੂਮਿਕਾ ਅਦਾ ਨਹੀਂ ਕਰੇਗੀ ਇੱਥੇ ਛੋਟੇ ਭਰਾ ਦੀ ਵੀ ਕਰਨੀ ਪੈਣੀ ਹੈ ਕਰਨੀ ਹੈ ਕਰ ਲੈਣ ਨਹੀਂ ਕਰਨੀ ਨਾ ਕਰਨ ਕੋਈ ਜ਼ਰੂਰੀ ਨਹੀਂ ਹੈਗਾ ਜੇ ਉਹਨਾਂ ਨੇ ਲੋੜ ਤੇ ਸਾਡੀਆਂ ਵੀ ਕੋਈ ਬਹਾਨੇ ਆਕੜੀਆਂ ਪਈਆਂ ਵੀ ਅਸੀਂ ਭੱਜੇ ਹੀ ਫਿਰਦੇ ਹਾਂ ਤੇ ਮਗਰ ਸਮਝੌਤੇ ਵੀ ਖਾਤਰ بڑے ਬਦਲ ਖੁੱਲੇ ਹੁੰਦੇ ਨੇ ਬਾਕੀ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨੇ ਲੀਡਰਾਂ ਨੇ ਨਹੀਂ ਕੁਝ ਕਰਨਾ ਹੁੰਦਾ ਲੋਕਾਂ ਨੇ ਪਾਉਣੀਆਂ ਮੈਂ ਹੈਰਾਨ ਐ ਉਹ ਗੱਲਾਂ ਬੋਲ ਰਿਹਾ ਐ ਇਹ ਭਾਰਤੀ ਜਨਤਾ ਪਾਰਟੀ ਦੇ ਲੀਡਰ ਜਿਵੇਂ ਸਾਰਾ ਕੁਝ ਇਹਨਾਂ ਦੀ ਮਰਜ਼ੀ ਨਹੀਂ ਹੁੰਦਾ ਪਿੱਛੇ ਵੀ ਤੁਸੀਂ ਬੋਲੀ ਗਏ ਕਿਸਾਨਾਂ ਦੇ ਜਿਹੜੇ ਬਿੱਲ ਐ ਵਾਪਸ ਨਹੀਂ ਲਏ ਜਾਣਗੇ ਜੋ ਮਰਜ਼ੀ ਹੋ ਜੇ ਬਿੱਲ ਤਾਂ ਕਿਸੇ ਕੀਮਤ ਤੇ ਵਾਪਸ ਨਹੀਂ ਲਏ ਜਾਣਗੇ ਹੋਰ ਅਸ਼ਵਨੀ ਜੀ ਹੋਰ ਸਾਰੇ ਲੀਡਰ ਜਿੰਨੇ ਇਹਨਾਂ ਦੇ ਇੱਕ ਦੇ ਵੱਡ ਇਹੀ ਬੋਲੀ ਜਾਂਦੇ ਸੀ ਤੇ ਜਿੱਦੇ ਬਿੱਲ ਵਾਪਸਲੇ ਮੋਦੀ ਜੀ ਨੇ ਇਹਨਾਂ ਨੂੰ ਕਿਸੇ ਨੂੰ ਪੁੱਛਿਆ ਹੀ ਨਹੀਂ ਹੁਣ ਵੀ ਜਦੋਂ ਸਮਝੌਤੇ ਹੋਣਗੇ ਹਾਈ ਕਮਾਂਡ ਹੀ ਕਰੂਗੀ ਜਿਹਦੇ ਨਾਲ ਕਰੂਗੀ ਨਹੀਂ ਕਰੂਗੀ ਉਹ ਕੋਈ ਅਜ ਅਜੰਡਾ ਨਹੀਂ ਹੈਗਾ ਜਦੋਂ ਕੋਈ ਸਮਾਂ ਆਏਗਾ ਉਦੋਂ ਪਤਾ ਲੱਗੇਗਾ ਕਾਲੀਦਰ ਕੋਲੇ ਵੀ ਬੜੇ ਬਦਲ ਖੁੱਲੇ ਨੇ ਬਜਰ ਸਵਾਜ ਪਾਰਟੀ ਨਾਲ ਸਾਡਾ ਅਜ ਸਮਝੌਤਾ ਚੱਲ ਵੀ ਰਿਹਾ ਹੈ ਤੇ ਕਮਿਊਨਿਸਟ ਪਾਰਟੀ ਦਾ ਦੋਨਾਂ ਨਾਲ ਵੀ ਸਾਡਾ ਸਮਝੌਤਾ ਵਧੀਆ ਹੋ ਸਕਦਾ ਸਾਡਾ ਆਵੇ ਦੀ ਕੋਈ ਫਰਕ ਨਹੀਂ ਪਹਿਲਾਂ ਵੀ ਸਾਡਾ ਅਸੀਂ ਇਕੱਠੇ ਰਹੇ ਹੈਗੇ ਆ ਪਹਿਲਾਂ ਵੀ ਇਕੱਠਿਆਂ ਨੇ ਸਰਕਾਰਾਂ ਵੀ ਚਲਾਈਆਂ ਨੇ ਸੋ ਇਸ ਕਰਕੇ ਇੰਨਾ ਬਾਬਰੂਦ ਦੇ ਖੜਾ ਕਰਨ ਦੇ ਮੇਰੇ ਸਮਝ ਦੇ ਵਿੱਚ ਲੋੜ ਨਹੀਂ ਸੀ ਜਿਹੜਾ ਵੀ ਉਠਿਆ ਵੀ ਬਸ ਜੀ ਸਾਡੀ ਮਰਜ਼ੀ ਮੁਤਾਬਕ ਹੋਏਗਾ ਛੋਟੇ ਭਰਾ ਦਾ ਹੋਏਗਾ ਆਉਣਾ ਤਾਂ ਆਜੋ ਨਹੀਂ ਤਾਂ ਨਾ ਨਹੀਂ ਕੋਈ ਆਦਾ ਸਾਡੇ ਵਿੱਚ ਹੀ ਸ਼ਾਮਲ ਹੋ ਜਾਓ ਦੂਜੀ ਕੋਈ ਗੱਲ ਹੀ ਹੈ ਨਹੀਂ ਮੈਂ ਹੈਰਾਨ ਆ ਵੀ ਇੰਨਾ ਆਮਰੋਲਾ ਇੰਨੀ ਕਾਮਰੋਲੀ ਪਾਉਣ ਦੀ ਕੋਈ ਬਹੁਤੀ ਲੋੜ ਨਹੀਂ ਸੀ ਇਸ ਗੱਲ ਦੇ ਤੇ ਏ ਵੀ ਕੋਈ ਗੱਲ ਨਹੀਂ ਸੀਗੀ ਮੈਂ ਤਾਂ ਸਰਸਰੀ ਗੱਲ ਕੀਤੀ ਸੀਗੀ ਤੇ ਇਹਨੂੰ ਇੰਨਾ ਹਾਈਲਾਈਟ ਕੀਤਾ ਗਿਆ ਜਿਵੇਂ ਕਿਤੇ ਵੀ ਅਸੀਂ ਭਾਜਪਾ ਦੇ ਮਗਰ ਭੱਜੇ ਫਿਰਦੇ ਹਾਂ ਸਮਝੌਤੇ ਦੇ ਖਾਤਰ ਮੈਂ ਫਿਰ ਕਹਿੰਨਾ ਕਿ ਸਮਝੌਤੇ ਦਾ اختیار ਪਾਰਟੀ ਪ੍ਰਧਾਨ ਕੋਲੇ ਆ ਕੋਰ ਕਮੇਟੀ ਕੋਲੇ ਆ ਸਮਝੌਤਾ ਬਰਾਬਰ ਦਾ ਨਾ ਹੁੰਦਾ ਇੱਜ਼ਤ ਮਾਰਨਾ ਨਾ ਹੁੰਦਾ ਅਕਾਲੀ ਦਲ ਸੰਘਰਸ਼ਾ ਚੋਂ ਨਿਕਲੀ ਵੀ ਪਾਰਟੀ ਐ ਬੜਾ ਇਹਨਾਂ ਨੇ ਔਖਾ ਸੌਖਾ ਸਭਾ ਅੱਗੇ ਵੀ ਅਕਾਲੀ ਦਲ ਤੇ ਬਹੁਤ ਵਾਰੀ ਮਾੜੇ ਵੇਲੇ ਵੀ ਆਇਆ ਤੇ ਬੜੇ ਚੰਗੇ ਵੇਲੇ ਵੀ ਆਇਆ ਹੁਣ ਵੀ ਵਹਿਗਰੂ ਕਰੂਗਾ ਆਉਣ ਵਾਲਾ ਸਮਾਂ ਅਕਾਲੀ ਦਲ ਤੇ ਚੰਗਾ ਹੀ ਆਉਣ